ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਦੀਨਾਨਗਰ ਵੱਲੋਂ ਗੁਰੂ ਪੂਜਾ ਦਿਵਸ ਦੇ ਮੌਕੇ ਤੇ CHC ਹਸਪਤਾਲ ਸਿੰਘੋਵਾਲ ਵਿਖੇ ਸਫਾਈ ਅਭਿਆਨ ਚਲਾਇਆ ਗਿਆ, ਜਿਸ ਵਿੱਚ ਪੰਜਾਬ ਦੀ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਕਿਹਾ ਕਿ ਸ਼੍ਰੀ ਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਅੱਜ ਗੁਰੂ ਪੂਜਾ ਦਿਵਸ ਮੌਕੇ ਦੀਨਾਨਗਰ ਦੇ ਰੇਲਵੇ ਸਟੇਸ਼ਨ, ਹਸਪਤਾਲ ਅਤੇ ਪਾਰਕ ਦੀ ਸਫਾਈ ਸਮੂਹ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪੰਜਾਬ ਦੀ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ ਵੀ ਇਸ ਸਫਾਈ ਅਭਿਆਨ ਚ ਯੋਗਦਾਨ ਪਾਇਆ। ਉਹਨਾਂ ਇਸ ਮੌਕੇ ਤੇ ਜਿੱਥੇ ਇੱਕ ਪੌਦਾ ਲਗਾਇਆ, ਉੱਥੇ ਹਸਪਤਾਲ ਦੇ ਪੂਰੇ ਸਟਾਫ ਨਾਲ ਮੁਲਾਕਾਤ ਵੀ ਕੀਤੀ। ਨਿਰੰਕਾਰੀ ਆਪਣੇ ਭਾਈਚਾਰਾ ਜਿਹੜੇ ਹੈਗੇ ਆਪਣੇ ਦੀਨਾਨਗਰ ਦੇ ਵਿੱਚ, ਉਹ ਹਮੇਸ਼ਾ ਹੀ ਬਾਬਾ ਹਰਦੇਵ ਜੀ ਦੇ ਮਾਰਗਦਰਸ਼ਨ ਹੇਠ ਸਫਾਈ ਅਭਿਆਨ ਟਾਈਮ ਟੂ ਟਾਈਮ ਸਮੇਂ ਚਲਾਉਂਦੇ ਨੇ ਔਰ ਬਲੱਡ ਡੋਨੇਸ਼ਨ ਕੈਂਪ ਚਲਾਉਂਦੇ ਨੇ, ਬਹੁਤ ਹੀ ਸਮਾਜ ਸੇਵਾ ਦੇ ਕੰਮ ਕਰਦੇ ਨੇ। ਸੋ ਅੱਜ ਉਹਦੇ ਹੀ ਤਹਿਤ ਉਹਨਾਂ ਦੀ ਲੜੀ ਦੇ ਵਿੱਚ ਅੱਜ ਇਹ ਪ੍ਰੋਗਰਾਮ ਸੀਗਾ ਕਿ ਉਹ ਇੱਕ ਮਿਸ਼ਨ ਦੀ ਤਰ੍ਹਾਂ 250 ਹੋਸਪਿਟਲਸ ਨੂੰ ਉਹਨਾਂ ਨੇ ਅਡੋਪਟ ਕੀਤਾ ਔਰ ਉਸ 554 ਬੂਟੇ ਜਿਹੜੇ ਉਹ ਲਗਾਉਣਗੇ ਔਰ ਨਾਲ ਹੀ ਨਾਲ ਆਪਣੇ ਆਲੇ ਦੁਆਲੇ ਦੀ ਸਫਾਈ ਦੇ ਪ੍ਰਤੀ ਵੀ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਕਰਨਗੇ ਔਰ ਸ਼ਹਿਰਾਂ ਦੀ ਗੰਦਗੀ ਜਿਹੜੀ ਇਹਨੂੰ ਦੂਰ ਕਰਨਗੇ ਔਰ ਜਿਹੜਾ ਪਰਿਆਵਰਨ ਹੈ ਇਹਨੂੰ ਸਵੱਛ ਰੱਖਣਾ, ਇਹਨੂੰ ਕਾਇਮ ਕਰਨਾ ਸਾਡੇ ਵਾਸਤੇ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਅਸੀਂ ਸਵੱਛ ਇੱਕ ਪਰਿਆਵਰਨ ਦੇ ਕੇ ਜਾਈਏ। ਸੋ ਇਹੀ ਉਹਨਾਂ ਦੀ ਮਾਰਗਦਰਸ਼ਨ ਹੈ, ਉਹਦੇ 'ਤੇ ਚੱਲਦੇ ਚੱਲਦੇ ਟਾਈਮ ਟੂ ਟਾਈਮ ਬਹੁਤ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਜਿਹੜੇ ਆ ਚੱਲੇ ਜਾ ਰਹੇ ਆ। ਸਤਿਗੁਰੂ ਬਾਬਾ ਹਰਦੇਵ ਸਿੰਘ ਦੇ ਮੁਤਾਬਿਕ ਜਿਹੜਾ ਹੀ ਚੱਲ ਰਿਹਾ ਪ੍ਰੋਗਰਾਮ, ਸਤਿਗੁਰ ਮਾਤਾ ਹਰਦੇਵ ਜੀ ਇਸ ਵਕਤ ਦੇ ਹਾਕਮ ਹਨ, ਉਹਨਾਂ ਦੇ ਹੁਕਮ ਅਨੁਸਾਰ ਜਿੱਦਾਂ ਜਾਂਦਾ ਹੈ ਐਸੇ ਘੱਟ ਤੋਂ ਘੱਟ ਜਿਹੜੀ ਹਰ ਹਿੰਦੁਸਤਾਨ ਦੇ ਵਿੱਚ ਸਾਰੇ ਸਫਾਈ ਵਿਭਾਗ ਚੱਲ ਰਿਹਾ ਹੈ, ਹਮੇਸ਼ਾ ਹੀ ਚੱਲਦਾ ਹੈ। ਜਿੱਦਾਂ ਬਲੱਡ ਪੇਸ਼ੈਂਟ ਲੱਗਦੇ ਹਨ ਉਹ ਵੀ ਇਸੇ ਤਰ੍ਹਾਂ ਹੀ 86 ਤੋਂ ਲੱਗਦੇ ਪਏ ਹਨ ਸਤਿਗੁਰ ਬਾਬਾ ਹਰਦੇਵ ਸਿੰਘ ਹੁਕਮ ਅਨੁਸਾਰ। ਅੱਜ ਵੀ ਇਸ ਨਿਰੰਕਾਰੀ ਮਿਸ਼ਨ ਦੇ ਸਾਰੇ ਜਿੰਨੇ ਵੀ ਨੌਜਵਾਨ ਭੈਣਾਂ ਵੀਰ ਜੋ ਸੇਵਾ ਦਲ ਦੇ ਵਿੱਚ ਸ਼ਾਮਲ ਹਨ, ਉਹ ਦਿਨ ਤੇ ਰਾਤ ਇਹੀ ਚਾਅ ਹੁੰਦਾ ਉਹਨਾਂ ਨੂੰ ਕਿ ਹਰ ਇਲਾਕਾ ਜਿਹੜਾ ਸਾਫ਼ ਹੋ ਜਾਵੇ, ਹਸਪਤਾਲ ਰੇਲਵੇ ਸਟੇਸ਼ਨ ਵਗੈਰਾ ਜਿੱਦਾਂ ਦਾ ਹੁਕਮ ਆਉਂਦਾ ਹੈ ਉਸੇ ਤਰ੍ਹਾਂ ਇਹ ਹੁਕਮ ਅਨੁਸਾਰ ਚੱਲਦੇ ਹਨ, ਇਹੀ ਇਹਨਾਂ ਦਾ ਚੱਲਦਾ ਹੈ। ਨਿਊਜ਼ ਡੈਸਕ ਤੋਂ ਰਮੇਸ਼ ਸਰੰਗਲ ਦੀ ਰਿਪੋਰਟ, ਲਿਵਿੰਗ ਪੰਜਾਬ ਨਿਊਜ਼, ਦੀਨਾਨਗਰ।